ਨਕੋਦਰ ਨਿਊਜ਼ ਰਿਪੋਰਟ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਨੂਰ ਮਹਿਲ ਵਿੱਚ, ਜਿੱਥੇ ਕਿ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਲਾਇਨਜ਼ ਕਲੱਬ ਨੂਰ ਮਹਿਲ ਸਿਟੀ ਵੱਲੋਂ। ਆਓ ਇਹਨਾਂ ਦੇ ਸਭ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਜੀ। ਲਾਇਨਜ਼ ਕਲੱਬ ਨੂਰ ਮਹਿਲ ਸਿਟੀ ਦੇ ਵਿੱਚ ਆਉਣ ਤੋਂ ਬਾਅਦ ਸਾਨੂੰ ਮੌਕਾ ਮਿਲਿਆ ਵੀ ਅਸੀਂ ਲੋਕਾਂ ਦੀ ਸੇਵਾ ਕਰੀਏ, ਅਤੇ ਆਹ ਸੀ ਜਿਹੜਾ ਕੈਂਪ ਹੈ ਅੱਖਾਂ ਦਾ ਆਪਰੇਸ਼ਨ ਅਤੇ ਚੈੱਕਅਪ ਕੈਂਪ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨੂਰ ਮਹਿਲ ਵਿਖੇ ਲਗਾਇਆ ਹੈ, ਜਿਸ ਵਿੱਚ ਕਿ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਲੋਕਾਂ ਦੀ ਅੱਖਾਂ ਦੀ ਜਾਂਚ, ਦਵਾਈਆਂ ਵੰਡੀਆਂ ਜਾਣ ਅਤੇ ਲੋੜਵੰਦ ਲੋਕਾਂ ਦੇ ਆਪਰੇਸ਼ਨ ਵੀ ਕੀਤੇ ਜਾਣ, ਅਤੇ ਉਹਦੇ ਦੌਰਾਨ ਹੀ ਅਸੀਂ ਲੰਗਰ ਦੀ ਸੇਵਾ ਦਾ ਵੀ ਇੱਥੇ ਪ੍ਰਬੰਧ ਕੀਤਾ ਹੈ ਵੀ ਕੋਈ ਬੰਦਾ ਘਰੋਂ ਸਵੇਰ ਦਾ ਆ ਕੇ ਬੈਠਾ ਹੈ ਤਾਂ ਉਹਨੂੰ ਇਹ ਨਾ ਹੋਵੇ ਵੀ ਵਿਚਾਰਾ ਭੁੱਖਾ ਭਾਣਾ ਹੀ ਇੱਥੇ ਰਹੇ। ਇਸ ਕਰਕੇ ਲੰਗਰ ਦੀ ਵੀ ਸੇਵਾ ਹੈ, ਚਾਹ ਦੀ ਸੇਵਾ ਹੈ, ਅਤੇ ਲੋਕਾਂ ਲਈ ਉਚਿਤ ਪ੍ਰਬੰਧ ਕੀਤਾ ਗਿਆ ਹੈ ਕਿ ਅਗਲੇ ਦਿਨ ਉਹਨਾਂ ਲਈ ਆਪਰੇਸ਼ਨ ਦੀ ਤਿਆਰੀ ਹੈ, ਜਿੱਥੇ ਕਿ ਜਲੰਧਰ ਲਿਜਾ ਕੇ ਅਸੀਂ ਅਰੋੜਾ ਆਈ ਹੋਸਪਿਟਲ ਵਿਖੇ ਉਹਨਾਂ ਦੇ ਅਸੀਂ ਆਪਰੇਸ਼ਨ ਕਰਾਉਣੇ ਨੇ। ਉਹਦੇ ਵਾਸਤੇ ਸਵੇਰ ਲਈ ਅਸੀਂ ਬੱਸ ਦੀ ਵੀ ਸੁਵਿਧਾ ਦਾ ਪ੍ਰਬੰਧ ਕੀਤਾ ਹੈ ਕਿ ਸਵੇਰੇ ਬੱਸ ਉਹਨਾਂ ਨੂੰ ਲੈ ਕੇ ਜਾਏਗੀ, ਉਸ ਤੋਂ ਬਾਅਦ ਅਗਲੇ ਦਿਨ ਉਹਨਾਂ ਨੂੰ ਵਾਪਸ ਉਹਨਾਂ ਦੇ ਇੱਥੇ ਪਹੁੰਚਾਇਆ ਜਾਏਗਾ, ਅਤੇ ਉਸ ਤੋਂ ਇਲਾਵਾ ਉੱਥੇ ਠਹਿਰਨ ਅਤੇ ਖਾਣੇ ਦਾ ਪ੍ਰਬੰਧ ਵੀ ਨੂਰ ਮਹਿਲ ਸਿਟੀ ਵੱਲੋਂ ਕੀਤਾ ਗਿਆ ਹੈ। ਅੱਜ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਈ ਚੈੱਕਅਪ ਕੈਂਪ ਚੱਲ ਰਿਹਾ, ਜਿਹਨੂੰ ਔਰਗੇਨਾਈਜ਼ ਕਰ ਰਹੀ ਹੈ ਲਾਇਨਜ਼ ਕਲੱਬ ਨੂਰ ਮਹਿਲ ਸਿਟੀ। ਇਲਾਕੇ ਦੀ ਜਾਣੀ ਪਛਾਣੀ ਕਲੱਬ ਹੈ, ਸਾਰੇ ਤੋਂ ਜਾਣੂ ਆ, ਔਰ ਸਾਰੇ ਮੈਂਬਰ ਸਾਡੇ ਜਿਹੜੇ ਆ ਸਵੇਰ ਤੋਂ ਇੱਥੇ ਮਿਹਨਤ ਦੇ ਵਿੱਚ ਲੱਗੇ ਹੋਏ ਆ, ਅਤੇ ਕੈਟਾਰੈਕਟ ਸਰਜਰੀ ਦੇ ਵੀ ਕਾਫੀ ਕੇਸ ਜਿਹੜੇ ਨਿਕਲੇ ਹੈਗੇ ਆ, ਉਹਨਾਂ ਨੂੰ ਕੱਲ੍ਹ ਨੂੰ ਇੱਥੋਂ ਬੱਸ ਸੇਵਾ ਫਰੀ ਦੇ ਕੇ ਹੋਸਪਿਟਲ ਤੱਕ ਲੈ ਕੇ ਜਾਣਾ, ਔਰ ਆਪਰੇਸ਼ਨ ਕਰਾਉਣ ਤੋਂ ਬਾਅਦ ਵਾਪਸ ਲੈ ਕੇ ਆਉਣਾ, ਉਹ ਵੀ ਇਸ ਪ੍ਰੋਜੈਕਟ ਦਾ ਇੱਕ ਹਿੱਸਾ ਹੈ। ਖਾਣੇ ਦਾ ਵੀ ਪ੍ਰਬੰਧ ਨਾਲ ਕੀਤਾ ਗਿਆ ਹੈ, ਔਰ ਸਾਡੇ ਵਲੰਟੀਅਰ ਜਿਹੜੇ ਆ ਉਹ ਸਾਰੇ ਡਟੇ ਹੋਏ ਆ ਲੋਕਾਂ ਦੀ ਸੇਵਾ 'ਚ। ਇੰਨਾ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਜੈ ਹਿੰਦ, ਜੈ ਲਾਇਨਜ਼। ਲਾਇਨਜ਼ ਕਲੱਬ ਨੂਰ ਮਹਿਲ ਸਿਟੀ ਵੱਲੋਂ ਅੱਜ ਆਈ ਕੈਂਪ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਲਾਇਆ ਗਿਆ, ਜਿੱਥੇ ਕਿ ਪੇਸ਼ੈਂਟ ਬੜੇ ਹੁੰਮ ਹੁਮਾ ਕੇ ਆਏ। ਲਾਇਨਜ਼ ਕਲੱਬ ਨੂਰ ਮਹਿਲ ਸਿਟੀ ਬਹੁਤ ਵਧਾਈ ਦੀ ਪਾਤਰ ਆ, ਵੈਲ ਸੈਟਡ ਆਈ ਕੈਂਪ ਲਾਇਆ ਵਾ ਜਿਹਦੇ ਵਿੱਚ ਤਕਰੀਬਨ 400 ਦੇ ਕਰੀਬ ਪੇਸ਼ੈਂਟ ਅਜੇ ਤੱਕ ਆ ਚੁੱਕਾ, ਕਾਫੀ ਸਰਜਰੀ ਵਾਲੇ ਆ। ਮੈਂ ਸਮਝਦਾ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਲਾਇਨਜ਼ ਕਲੱਬ ਨੂਰ ਮਹਿਲ ਸਿਟੀ ਦਾ ਪੂਰੇ ਇਲਾਕੇ ਲਈ। ਇਹਨਾਂ ਕਹਿੰਦਾ ਹੋਇਆ ਜੈ ਲਾਇਨਿਜ਼ਮ, ਜੈ ਹਿੰਦ। ਲਾਇਨਜ਼ ਕਲੱਬ ਨੂਰ ਮਹਿਲ ਸਿਟੀ ਵੱਲੋਂ ਲਾਇਨਜ਼ ਕਲੱਬ ਲਾਇਨਜ਼ ਇੰਟਰਨੈਸ਼ਨਲ ਦੀਆਂ ਹਦਾਇਤਾਂ ਮੁਜਬ ਅੱਜ ਇੱਥੇ ਅੱਖਾਂ ਦੇ ਚੈੱਕਅਪ ਅਤੇ ਆਪਰੇਸ਼ਨ ਦਾ ਕੈਂਪ ਜਿਹੜਾ ਚੱਲ ਰਿਹਾ। ਅਸੀਂ ਲਾਇਨਜ਼ ਕਲੱਬ ਨੂਰ ਮਹਿਲ ਸਿਟੀ ਦੇ ਸਾਰੇ ਮੈਂਬਰ ਹਮੇਸ਼ਾ ਹੀ ਸਮਾਜ ਨੂੰ ਸਮਰਪਿਤ ਰਹੇ ਆ,
ਔਰ ਹਮੇਸ਼ਾ ਹੀ ਸਮਾਜ ਦੇ ਪ੍ਰਤੀ ਜਿਹੜਾ ਹੈਗਾ ਬਿਹਤਰੀ ਦਾ ਕੋਈ ਨਾ ਕੋਈ ਕੰਮ ਇਹਨਾਂ ਨੇ ਕੀਤਾ। ਅੱਜ ਦੇ ਇਸ ਪ੍ਰੋਜੈਕਟ ਦੇ ਵਿੱਚ ਜਿੱਥੇ ਆਈ ਚੈੱਕਅਪ ਉਹਦੇ ਨਾਲ ਹੀ ਉਹਨਾਂ ਨੂੰ ਦਵਾਈਆਂ, ਜਿਨ੍ਹਾਂ ਨੂੰ ਸਰਜਰੀ ਦੀ ਲੋੜ ਆ ਉਹਨਾਂ ਦੀ ਸਰਜਰੀ, ਇਸ ਤੋਂ ਇਲਾਵਾ ਇੱਕ ਖਾਸ ਜਿਹੜਾ ਹੈਗਾ ਅੱਜ ਇੱਥੇ ਤੁਸੀਂ ਦੇਖ ਰਹੇ ਹੋਵੋਗੇ ਕਿ ਅਸੀਂ ਜਿਹੜਾ ਇਹ ਬਿਲਕੁਲ ਨੋ ਟੂ ਪਲਾਸਟਿਕ, ਕਿਤੇ ਵੀ ਪਲਾਸਟਿਕ ਦਾ ਯੂਜ਼ ਜਿਹੜਾ ਹੈਗਾ ਅਸੀਂ ਨਹੀਂ ਕਰ ਰਹੇ। ਔਰ ਇਹਦੇ ਨਾਲ ਹੀ ਜਿਹੜਾ ਹੈਗਾ ਅੱਜ ਦਾ ਇੱਕ ਹੋਰ ਪ੍ਰੋਜੈਕਟ ਜਿਹੜਾ ਹੈਗਾ ਆ, ਅਸੀਂ ਫੂਡ ਫਾਰ ਹੰਗਰ ਇੱਥੇ ਲੰਗਰ ਵੀ ਲਗਾਏ ਆ, ਕਿਉਂਕਿ ਸਾਡੇ ਕੋਲ ਜਿੰਨੇ ਵੀ ਅੱਜ ਚੈੱਕਅਪ ਲਈ ਆ ਰਹੇ ਆ ਇਹਨਾਂ 'ਚੋਂ ਸਾਡੇ ਬੜੇ ਦੂਰ ਦੁਰਾਡੇ ਤੋਂ ਬੜੇ ਲੋੜਵੰਦ ਲੋਕ ਜਿਹੜੇ ਹੈਗੇ ਆ ਉਹ ਆ ਰਹੇ ਆ। ਸੋ ਅਸੀਂ ਅੱਜ ਦੇ ਇਸ ਮੌਕੇ 'ਤੇ ਮੈਂ ਸਾਰਿਆਂ ਨੂੰ ਹੀ ਇਸ ਗੱਲ ਦੀ ਵਧਾਈ ਦਿੰਦਾ ਮੈਂਬਰਸ ਨੂੰ, ਔਰ ਮੈਂ ਆਸ ਕਰਦਾ ਕਿ ਇਸ ਜਿਹੜਾ ਪ੍ਰੋਜੈਕਟ ਆ ਅੱਜ ਦਾ ਜਿਹੜਾ ਵਿਜ਼ਨ ਦਾ ਸਾਈਟ ਫਸਟ ਦਾ, ਆਈ ਆਪਰੇਸ਼ਨ ਦਾ, ਆਈ ਚੈੱਕਅਪ ਦਾ, ਇਹਦੇ ਤੋਂ ਜਿਹੜੇ ਲੋੜਵੰਦ ਲੋਕ ਆ ਉਹਨਾਂ ਨੂੰ ਬਹੁਤ ਫਾਇਦਾ ਮਿਲੂਗਾ। ਔਰ ਇਹ ਸਮਾਜ ਭਲਾਈ ਦਾ ਜਿਹੜਾ ਇੱਕ ਬਿਹਤਰ ਕੰਮ ਜਿਹੜਾ ਜੋ ਲਾਇਨਜ਼ ਕਲੱਬ ਨੂਰਮਹਿਲ ਸਿਟੀ ਨੇ ਉਲੀਕਿਆ ਆ ਉਹ ਪੂਰਾ ਹੋਊਗਾ। ਸੋ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਜੈ ਹਿੰਦ। ਦੁਆਬਾ ਆਰੀਆ ਸਕੂਲ ਦੀ ਇਸ ਗਰਾਊਂਡ ਦੇ ਉੱਤੇ ਵਿਸ਼ਾਲ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ, ਉਹਦੇ ਵਾਸਤੇ ਮੈਂ ਲਾਇਨਜ਼ ਕਲੱਬ ਨੂਰਮਹਿਲ ਸਿਟੀ ਦੇ ਪ੍ਰਧਾਨ ਲਾਇਨ ਡਾਕਟਰ ਨਵੀਨ ਸ਼ਰਮਾ ਅਤੇ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ। ਆਸ ਕਰਦਾ ਕਿ ਵੀ ਇਹ ਟੀਮ ਇਸੇ ਤਰ੍ਹਾਂ ਹੀ ਲੋਕ ਭਲਾਈ ਦੇ ਕੰਮ ਕਰਦੀ ਰਹੇਗੀ। ਇਹ ਲਾਇਨਜ਼ ਕਲੱਬ ਨੂਰਮਹਿਲ ਸਿਟੀ ਦਾ ਉਪਰਾਲਾ ਸਾਲੋਂ ਸਾਲ ਦਰ ਸਾਲ ਪਿਛਲੇ ਤਕਰੀਬਨ 17 ਸਾਲ ਤੋਂ ਚੱਲਦਾ ਆ ਰਿਹਾ ਹੈ, ਔਰ ਇਸ ਕਲੱਬ ਨੇ ਲੋਕ ਭਲਾਈ ਦੇ ਬਹੁਤ ਸਾਰੇ ਨਵੇਂ ਕੰਮ ਉਲੀਕੇ ਨੇ। ਅਤੇ ਨਕੋਦਰ ਨਿਊਜ਼ ਰਿਪੋਰਟ ਨੂੰ ਮੈਂ ਲਾਈਵ ਰਿਕਾਰਡਿੰਗ ਵਾਸਤੇ ਵਧਾਈ ਦਿੰਦਾ।